ਨਵਦੀਪ ਸਿੰਘ ਜੀ। ਮੈਨੂੰ 10 ਸਾਲ ਹੋ ਗਏ ਜੀ। ਹਾਂਜੀ, ਮੈਂ ਖਾਲਸਾ ਕਾਲਜ ਅੰਮ੍ਰਿਤਸਰ ਸਟੱਡੀ ਕੀਤੀ ਹੈ ਜੀ। ਗ੍ਰੈਜੂਏਸ਼ਨ ਮੈਂ ਕਰ ਚੁੱਕਾ, ਹੁਣ ਮਾਸਟਰ ਡਿਗਰੀ ਦੀ ਤਿਆਰੀ ਹੈ ਜੀ। ਹਾਂਜੀ ਹਾਂਜੀ। ਇੱਥੇ ਹੈਰੀਟੇਜ ਸਰਟੀਫਿਕੇਟ ਤੇ ਕਦੋਂ ਦਾ ਕਰਦੇ ਪਏ? ਮੈਨੂੰ ਜੀ, ਮੈਂ ਜਦੋਂ 10th ਕਲਾਸ 'ਚ ਸੀ ਮੈਂ ਉਦੋਂ ਦਾ ਇੱਥੇ ਕੰਮ ਕਰਦਾ ਪਿਆ ਜੀ, ਛੋਟੇ ਹੁੰਦੇ ਤਾਂ। ਹਾਂਜੀ ਹਾਂਜੀ, ਪਹਿਲੇ ਜੱਲਿਆਂ ਵਾਲੇ ਬਾਗ ਕਰਦੇ ਸੀ, ਹੁਣ ਦਰਬਾਰ ਸਾਹਿਬ ਆ ਗਏ ਜੀ। ਜਦੋਂ ਦੀ ਹੈਰੀਟੇਜ ਸਟੇਟ ਬਣੀ, ਇਨਕਮ ਤਾਂ ਜੀ ਕਾਫੀ ਠੀਕ ਠਾਕ ਹੀ ਹੋ ਜਾਂਦੀ ਆ, ਮਤਲਬ ਜ਼ਿਆਦਾ ਇਨਕਮ ਨਹੀਂ ਆ, ਮਤਲਬ ਕਿਉਂਕਿ ਹੁਣ ਇੱਕ ਕਰੋਨਾ ਕਰਕੇ ਹੈ ਨਾ ਜੀ, ਥੋੜ੍ਹਾ ਜਿਹਾ ਹੋ ਗਿਆ। ਦੂਜਾ ਕਿ ਪਬਲਿਕ ਹੁਣ ਘੱਟ ਖਲਾਉਂਦੀ ਆ, ਜਦੋਂ ਇੱਥੇ ਸਟੈਚੂ ਸੀ ਉਦੋਂ ਤਾਂ ਕੰਮ ਸੀ, ਬਟ ਹੁਣ ਥੋੜ੍ਹਾ ਜਿਹਾ ਕੰਮ ਬਹੁਤ ਘੱਟ ਹੈ। ਬਾਕੀ ਜੇ ਹੁਣ ਟ੍ਰੇਨਾਂ ਚੱਲਣਗੀਆਂ ਜਾਂ ਟੂਰਿਸਟ ਆਊਂਗਾ ਫਿਰ ਕੰਮ ਥੋੜ੍ਹਾ ਵਧੀਆ ਹੋ ਜਾਵੇਗਾ।